ਅੰਮ੍ਰਿਤਸਰ ਸਾਹਿਬ ਵਿਖੇ ਇੱਕ ਪੁਲਿਸ ਨਾਕੇ ਦੇ ਦੌਰਾਨ ਜਦੋਂ ਇੱਕ ਸਵਿਫਟ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਆਪਣੇ ਪਰਿਵਾਰ ਦੇ ਨਾਲ ਜਾ ਰਿਹਾ ਸੀ ਤਾਂ ਪਹਿਲਾਂ ਤਾਂ ਉਸਨੇ ਕਾਰ ਰੋਕਣੀ ਚਾਹੀ ਪਰ ਫਿਰ ਇੱਕਦਮ ਕਾਰ ਭਜਾ ਲਈ ਜਿਸ 'ਤੇ ਕਿ ASI ਸਾਹਿਬ ਵੀ ਜ਼ਖਮੀ ਹੁੰਦੇ ਹੋਏ ਬਚੇ ਪਰ ਉਸ ਤੋਂ ਬਾਅਦ ਅਗਲੇ ਨਾਕੇ 'ਤੇ ਇਨਫੋਰਮੇਸ਼ਨ ਦੇ ਕੇ ਇਸ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਜਿਸ 'ਤੇ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਤੁਹਾਡਾ ਕੀ ਕਹਿਣਾ ਇਸ ਕਾਰ ਚਾਲਕ ਬਾਰੇ ਜ਼ਰੂਰ ਕਮੈਂਟ ਕਰਨਾ ਅਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਨਲਿਮਟਿਡ ਗਿਆਨ ਦੇ ਨਾਲ। ਹੁਣ ਦੇਖੋ ਇਹ ਪੂਰੀ ਵੀਡੀਓ। ਤੇਰੀ ਕੋਈ ਗੱਲ ਨਹੀਂ ਜੀ, ਅਸੀਂ ਤਾਂ ਨਹੀਂ ਮਗਰ ਭੱਜਦੇ ਕਿ ਸੱਟ ਪੇੜ ਨਾ ਲੱਗ ਜਾਏ ਜੀ। ਕੋਈ ਗੱਲ ਨਹੀਂ, ਸਾਡੇ ਥਾਂ ਥਾਂ ਨਾਕੇ ਲੱਗੇ, ਅੱਗੇ SP ਮੈਡਮ ਸਾਹਿਬ ਸਾਡੇ ਖਲੋਤੇ ਆ ਜੀ, ਉਹਨਾਂ ਨੂੰ ਇਨਫੋਰਮ ਕਰਤਾ ਵਾ, ਉੱਥੇ ਘਿਰੀ ਜਾਏਗੀ। ਕੋਈ ਗੱਲ ਨਹੀਂ ਜੀ, PP 4620 63 063 063 0। ਹੁਣ ਦਿਖਾਓ ਜੀ, ਤੁਹਾਡੇ ਡਾਕੂਮੈਂਟ ਪੂਰੇ ਆ ਅਤੇ ਦਿਖਾ ਕੇ ਅੱਗੇ ਜਾਓ। ਕੋਈ ਗੱਲ ਨਹੀਂ, ਨਾ ਤੁਸੀਂ ਪਰੇਸ਼ਾਨ ਹੋ ਨਾ ਸਾਨੂੰ ਪਰੇਸ਼ਾਨ ਕਰੋ ਜੀ, ਬਿਲਕੁਲ ਕਮੀ ਹੋਏਗੀ ਜੀ। ਡਾਕੂਮੈਂਟ ਦੀ ਕਮੀ ਅਸੀਂ ਤਾਂ ਨਹੀਂ ਮਗਰ ਭਾਜੀ ਦਾ ਵੀ ਕਿ ਸੱਟ ਨਾ ਲੱਗ ਜਾਏ ਜੀ। ਅੱਗੇ ਬੜੇ ਸਾਡੇ ਸਾਰੇ ਸ਼ਹਿਰ 'ਚ ਨਾਕੇ ਲੱਗੇ ਸੀ PP ਸਾਹਿਬ ਦੇ ਹੁਕਮ ਦੇ ਮੁਤਾਬਕ ਜੀ, ਅੱਗੇ ਘਿਰਿਆ ਜਾਏਗਾ ਜੀ। ਕੋਈ ਗੱਲ ਨਹੀਂ ਜੀ, ਨਾਕਾ ਲਾਇਆ ਸੀ ਨਾਕੇ ਦੌਰਾਨ, ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ, ਇਹ ਗੱਡੀ ਇੱਥੋਂ ਭਜਾ ਕੇ ਲੈ ਕੇ ਗਿਆ ਅਗਲੇ ਪਾਸੇ ਨਾਕੇ ਨੂੰ, ਇਨਫੋਰਮੇਸ਼ਨ ਦੇ ਦਿੱਤੀ ਆ ਗੱਡੀ ਘੇਰੀ ਜਾ ਸਕਦੀ ਆ। ਗੱਡੀ ਆ PP 4620 ਪੜ੍ਹਨ 'ਚ ਆਇਆ ਗਿਆ, ਜਿਹੜਾ ਅਗਲੇ ਪਾਸੇ ਨਾਕੇ ਨੂੰ ਇਨਫੋਰਮੇਸ਼ਨ ਕਰਤੀ ਆ, ਫੜੀ ਜਾਏਗੀ ਗੱਡੀ। ਕੋਸ਼ਿਸ਼ ਬੜੀ ਕੀਤੀ ਭਜਾ ਕੇ ਲੈ ਗਿਆ, ਕੋਈ ਗੁਨਾਹ ਹੋਊਗਾ ਤਾਂ ਹੀ ਭਜਾਈ, ਉਸ ਤਰ੍ਹਾਂ ਗੱਡੀ ਭਜਾਉਣ ਦਾ ਮਤਲਬ ਕੋਈ ਨਹੀਂ ਆ। ਲੋਕਾਂ ਨੂੰ ਅਪੀਲ ਇਹ ਹੈ ਕਿ ਨਾਕੇ ਦੌਰਾਨ ਜਦੋਂ ਹੱਥ ਦਿੱਤਾ ਜਾਂਦਾ ਰੋਕਣ, ਆਪਣੀ ਜੇ ਕੋਈ ਦੁੱਖ ਤਕਲੀਫ ਹੈ ਦੱਸਣ, ਪਰੇਸ਼ਾਨ ਥੋੜ੍ਹਾ ਕਰਨ ਡੇ, ਅਸੀਂ ਤਾਂ ਸੁਰੱਖਿਆ ਵਾਸਤੇ ਵੀ ਗੱਡੇ ਹਾਂ। ਕੋਈ ਗੱਲ ਨਹੀਂ ਜੀ, ਅਸੀਂ ਤਾਂ ਨਹੀਂ ਮਗਰ ਭੱਜਦੇ ਕਿ ਸੱਟ ਪੇੜ ਨਾ ਲੱਗ ਜਾਏ ਜੀ। ਕੋਈ ਗੱਲ ਨਹੀਂ, ਸਾਡੇ ਥਾਂ ਥਾਂ ਨਾਕੇ ਲੱਗੇ, ਅੱਗੇ SP ਮੈਡਮ ਸਾਹਿਬ ਸਾਡੇ ਖਲੋਤੇ ਆ ਜੀ, ਉਹਨਾਂ ਨੂੰ ਇਨਫੋਰਮ ਕਰਤਾ ਵਾ, ਉੱਥੇ ਘਿਰੀ ਜਾਏਗੀ। ਕੋਈ ਗੱਲ ਨਹੀਂ ਜੀ, PP 4620 63 063 063। ਹੁਣ ਦਿਖਾਓ ਜੀ, ਤੁਹਾਡੇ ਡਾਕੂਮੈਂਟ ਪੂਰੇ ਆ ਅਤੇ ਦਿਖਾ ਕੇ ਅੱਗੇ ਜਾਓ। ਕੋਈ ਗੱਲ ਨਹੀਂ, ਨਾ ਤੁਸੀਂ ਪਰੇਸ਼ਾਨ